बहुत सारे लोगों नूं शायद अज दी तरीक दे विच पता भी ना होवे अज शहीद करतार सिंह भी ना कह सकदा कि जे उन्हां दी शहीदी दिहाड़ी तो हो सकता 50% नूं पता होवे, इह 95% लोगों नूं नहीं पता हो सकता, चाहे वह यंग एज दे ने चाहे वह ओवर एज ने, किसी नूं नहीं पता कि अज उन्हां दा जन्मदिन है। ਤੁਹਾਡੇ ਵੀ ਜਨਮਦਿਨ ਮਨਾਏ ਜਾਂਦੇ, ਮੇਰੇ ਵੀ, ਆਪਣੇ ਬੱਚਿਆਂ ਦੇ ਵੀ, ਬਿਲਕੁਲ ਬਿਲਕੁਲ, ਇਹ ਜੋ ਸਾਡੇ ਲਈ ਸ਼ਹੀਦ ਹੋ ਗਏ ਉਹਨਾਂ ਦੇ ਮਨਾਉਣੇ ਵੀ ਸਾਡੇ ਫਰਜ਼ ਨੇ, ਹੈ ਨਾ। ਅਤੇ ਉਹਨਾਂ ਦੀ ਮਾਤਾ ਦਾ ਨਾਮ ਕੀ ਹੈ, ਕਿਉਂਕਿ ਹਰ ਮਾਂ ਸ਼ਹੀਦ ਦੀ ਮਾਂ ਨਹੀਂ ਹੋਇਆ ਕਰਦੀ, ਬਿਲਕੁਲ ਬਿਲਕੁਲ, ਹੈ ਨਾ। ਸ਼ਹੀਦ ਨੂੰ ਪੈਦਾ ਕਰਨਾ ਹਰੀ ਸਾਰੀ ਮਾਂ ਦੀ ਵਾਦੀ ਗੱਲ ਨਹੀਂ, ਤਾਂ ਉਹ ਵੀ 19 ਸਾਲ ਦੀ ਉਮਰ 'ਚ, ਸੱਚੀ ਗੱਲ, ਜਿਸ ਉਮਰ 'ਚ ਸਾਨੂੰ ਹੋਸ਼ ਹੀ ਨਹੀਂ ਹੁੰਦੀ, ਅੱਜ ਦੇ ਇਸ ਉਮਰ 'ਚ ਸਟਾਰ ਬਣ ਨੂੰ ਭੱਜੇ ਹੋਏ ਨੇ ਸਾਨੂੰ, ਹੈ ਨਾ, ਸਾਨੂੰ ਹੋਰ ਬਹੁਤ ਕੁਛ, ਬਿਲਕੁਲ, ਇੰਨਾ ਕੁਛ ਦੇ ਸਕਿਆ ਉਸ ਉਮਰ 'ਚ ਦੇਸ਼ ਲਈ ਮਰ ਜਾਣਾ, ਇਹ ਇੱਕ ਤਾਂ ਉਸ ਅਕਾਲ ਪੁਰਖ ਦੀ ਕਿਰਪਾ ਸੀ ਉੱਥੇ, ਹੈ ਨਾ। ਸਾਈਕਲ 'ਤੇ ਉਹ ਕਹਿੰਦੇ ਸੀ 100-100 ਕਿਲੋਮੀਟਰ ਦਿਨ ਦਾ ਉਹ ਵਾਇਆ ਕੱਢ ਦਿੰਦੇ ਸੀ, ਕਿ ਸਿਰਫ ਆਪਣੇ ਉਹਨਾਂ ਦੇ ਅੰਦਰ ਇੰਨਾ ਜੋਸ਼ ਸੀ ਆਜ਼ਾਦੀ ਪ੍ਰਤੀ, ਲੋਕਾਂ ਨੂੰ ਆਪਣੇ ਨਾਲ ਖੜਾ ਕਰਨ ਵਾਸਤੇ, ਆਜ਼ਾਦੀ ਵਾਸਤੇ ਖੜਾ ਕਰਨ ਵਾਸਤੇ, ਸੋ ਇਹਨਾਂ ਦੇ ਵਿੱਚ ਇੰਨਾ ਜੋਸ਼ ਵੀ 19 ਸਾਲ 'ਚੋਂ ਹੱਸ ਕੇ, ਹੈ ਨਾ, ਫਾਂਸੀ ਚੜ੍ਹ ਗਏ। ਇਹ ਗੱਲਾਂ ਹਾਰੀ ਸਾਰੀ ਦੇ ਵੱਸ ਦੀਆਂ ਗੱਲ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨੀ ਕਲਾਰ, ਅੱਜ ਪਿੰਡ ਕਲਾਰਾਂ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਜਿਹੜੀ ਹੈ ਛਬੀਲ ਲਾਈ ਗਈ ਹੈ, ਜਿੱਥੇ ਠੰਡਾ ਆਈਆਂ ਗਈਆਂ ਸੰਗਤਾਂ ਨੂੰ, ਰਾਹਗੀਰਾਂ ਨੂੰ ਇੱਕ ਠੰਡਾ ਜਲ ਛਕਾਇਆ ਜਾਂਦਾ, ਮਿੱਠਾ ਠੰਡਾ ਜਲ ਛਕਾਇਆ ਜਾਂਦਾ। ਔਰ ਇਹ ਛਬੀਲ ਦਾ ਉਪਰਾਲਾ ਸਾਡੇ ਵੀਰ ਜੱਗੇ ਕੁਲਾਰ ਨੇ, ਜਿਨ੍ਹਾਂ ਦਾ ਖੇਤੀਬਾੜੀ ਦਾ ਬਹੁਤ ਵਧੀਆ ਕੰਮ ਹੈ, ਔਰ ਬਿਲਕੁਲ ਆਪਣੇ ਡੇਰੇ ਦੇ ਸਾਹਮਣੇ ਹੀ ਉਹਨਾਂ ਨੇ ਇਹ ਛਬੀਲ ਦਾ ਉਪਰਾਲਾ ਕੀਤਾ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਥੋਟ ਸੀ, ਕੀ ਪ੍ਰੋਸੈਸ ਸੀ ਔਰ ਕੀ ਸੋਚ ਕੇ ਉਹਨਾਂ ਲਾਈ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਕੋਲੋਂ ਜਾਣਦੇ। ਜੱਗਾ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਅਤੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੇ ਜਨਮਦਿਨ 'ਤੇ ਤੁਸੀਂ ਠੰਡੇ ਜਲ ਦੀ ਛਬੀਲ ਲਾਈ ਹੈ, ਦਿਮਾਗ 'ਚ ਕੀ ਸੋਚ ਕੀ ਆਈ, ਕੀ ਤੁਸੀਂ ਸੋਚ ਕੇ ਇਹ ਉਪਰਾਲਾ ਕੀਤਾ? ਜੀ ਪਤਾ ਵੀਰੇ, ਮੈਂ ਕੁਛ ਪਿਛਲੇ ਸਾਲ ਜਨਵਰੀ 'ਚ, ਹਾਂ 2020 'ਚ ਜਨਵਰੀ 'ਚ ਮੈਂ ਇੱਕ ਛੋਟੀ ਜਿਹੀ ਕਲਿੱਪ ਦੇਖੀ ਸੀ ਕਰਤਾਰ ਸਿੰਘ ਸਰਾਭਾ ਉਹਨਾਂ ਬਾਰੇ, ਭਾਈ ਅਜਮੇਰ ਸਿੰਘ ਬੋਲ ਰਿਹਾ ਸੀ ਉਹਨਾਂ ਬਾਰੇ ਕਿ ਸਟੇਜ 'ਤੇ, ਉਹ 2 ਮਿੰਟ ਦੀ ਕਲਿੱਪ ਇੰਨੀ ਕੁ ਦਿਮਾਗ 'ਚ ਬੈਠੀ ਵੀ ਮੈਂ ਕਾਫੀ ਦਿਨ, ਮੈਂ ਕਦੇ ਪੜ੍ਹਿਆ ਨਹੀਂ ਹੈਗਾ, ਵੀ ਕੋਈ ਕਿਤਾਬ ਨਹੀਂ ਸੀ ਕੜੀ ਉੱਥੋਂ ਪਹਿਲਾਂ, ਉਹ ਦਿਮਾਗ 'ਚ ਇੰਨੀ ਮਤਲਬ ਸ਼ਾਇਰੀ ਕਈ ਦਿਨ ਹੀ ਮੈਂ ਸੋਚਦਾ ਰਿਹਾ, ਵੀ ਮੈਨੂੰ ਇਹ ਵੀ ਨਹੀਂ ਸੀ ਪਤਾ ਕਿਤਾਬਾਂ ਮਿਲਦੀਆਂ ਕਿੱਥੋਂ ਹੈ। ਫਿਰ ਉਹਨਾਂ ਦੀ ਲਿਖੀ ਹੋਈ ਸੀ ਕਰਤਾਰ ਸਿੰਘ ਸਰਾਭਾ ਅਤੇ ਭਾਈ ਅਜਮੇਰ ਸਿੰਘ ਹੋਰਾਂ ਦੀ ਇੱਕ ਕਿਤਾਬ ਹੈ ਤੂਫਾਨਾਂ ਦਾ ਸ਼ਾਹ ਸਵਾਰ। ਅੱਛਾ। ਸੋ ਮੈਂ ਉਹ ਪੜ੍ਹੀ, ਤਾਂ ਉਹ ਕਹਿ ਲਓ ਵੀ ਉਹ ਇੰਨੀ ਕੁ ਇੰਟਰਸਟਿਡ ਆ, ਇੰਨੀ ਇਮੋਸ਼ਨਲ ਸਟੋਰੀ ਆ ਕਿ 19 ਸਾਲ ਦੀ ਉਮਰ 'ਚ ਬੰਦੇ ਨੇ ਇੰਨਾ ਕੁਛ ਕਰਕੇ ਦੇਸ਼ ਲਈ ਸ਼ਹੀਦ ਹੋ ਜਾਣਾ, ਇਹ ਚੀਜ਼ਾਂ ਦਿਲ 'ਚ ਬਹੁਤ ਮਤਲਬ ਉਹਨਾਂ ਨੇ ਘਰ ਕੀਤਾ, ਹੈ ਨਾ। ਉਸ ਤੋਂ ਬਾਅਦ ਸੋਚਿਆ, ਫਿਰ ਪਿੱਛੇ ਜਿਹਾ ਛੋਟਾ ਜਿਹਾ ਉਪਰਾਲਾ ਕੀਤਾ ਸੀ ਉਹਨਾਂ ਦਾ, ਸ਼ਹੀਦੀ ਦਿਹਾੜਾ ਸੀਗਾ ਨਵੰਬਰ 'ਚ, 15 ਨਵੰਬਰ ਨੂੰ ਉਹ ਮਨਾਇਆ ਸੀ। ਉਸ ਤੋਂ ਬਾਅਦ ਫਿਰ ਜਨਮ ਉਹਨਾਂ ਦਾ ਜਨਮਦਿਨ ਸੀ, ਇਸ ਕਰਕੇ ਥੋੜ੍ਹਾ ਜਿਹਾ ਇਹ ਪ੍ਰੋਗਰਾਮ ਕੀਤਾ, ਤੋਂ ਭਰਾਵਾਂ ਸਾਰਿਆਂ ਦੇ ਸਹਿਯੋਗ ਨਾਲ, ਕਿਉਂਕਿ ਉਹਨਾਂ ਨੇ ਕਿਹਾ ਵੀ ਤੂੰ ਜਿੱਦਾਂ ਤੈਨੂੰ ਚੰਗਾ ਲੱਗਦਾ ਕਰ, ਅਸੀਂ ਤੇਰੇ ਨਾਲ ਹਾਂ, ਅਸੀਂ ਜੋ ਵੀ ਤੈਨੂੰ ਚਾਹੀਦਾ ਮਿਲਦਾ। ਕਿਹੜੀਆਂ ਲਾਈਨਾਂ ਸੀਗੀਆਂ, ਉਹ ਲਾਈਨਾਂ ਤੁਹਾਡੇ ਦਿਮਾਗ 'ਚ ਹੈਗੀਆਂ ਨੇ, ਤੁਸੀਂ ਸੰਗਤਾਂ ਨਾਲ ਸ਼ੇਅਰ ਕਰਨੀਆਂ ਚਾਹੋ, ਕਿਹੜੀਆਂ ਲਾਈਨਾਂ ਸੀ ਜਿਹੜੀਆਂ ਤੁਸੀਂ ਪੜ੍ਹੀਆਂ ਸੀ ਕਿਤੇ? ਜੀ ਉਹ ਬੋਲ ਰਹੇ ਸੀਗੇ ਵੀ ਉਹਨਾਂ ਨੇ ਪੜ੍ਹੇ ਜਦੋਂ 14 ਸਾਲ ਦੀ ਉਮਰ ਤੱਕ ਲੁਧਿਆਣੇ ਦੇ ਇੱਕ ਸਕੂਲ 'ਚ ਪੜ੍ਹਦੇ ਸੀ, ਉਸ ਤੋਂ ਬਾਅਦ ਉਹ ਕੋਲਕਾਤੇ ਗਏ ਬੰਗਾਲ 'ਚ, ਉੱਥੋਂ ਕੈਨੇਡਾ ਗਏ ਪੜ੍ਹਾਈ ਵਾਸਤੇ। ਓਕੇ। ਹੈ ਨਾ। ਉੱਥੋਂ ਉਹਨਾਂ ਨੂੰ ਗਦਰੀ ਲਹਿਰ ਬਾਬਾ ਸੋਹਣ ਸਿੰਘ ਭਕਣਾ ਹੋਣਾ ਦੀ ਸੰਗਤ ਦਾ ਮਿਲੀ ਉਹਨਾਂ ਨੂੰ, ਉਹ ਕੁਛ ਕੁ ਟਾਈਮ ਦੇ ਵਿੱਚ ਉਹ ਉੱਥੋਂ ਇਹਦੇ ਕੈਨੇਡਾ ਵਰਗਾ ਮੁਲਕ ਛੱਡ ਕੇ ਗਦਰ ਕਰਨ ਵਾਸਤੇ, ਆਜ਼ਾਦੀ ਵਾਸਤੇ ਇੰਡੀਆ ਆ ਗਏ। ਉੱਥੇ ਉਹਨਾਂ ਨੇ ਇੰਨੀ ਕੁ ਉਹਨਾਂ ਦੇ ਵਿੱਚ ਇੰਨੀ ਉਹਨਾਂ ਨੇ ਜੋ ਉਹਨਾਂ ਨੇ 2 ਮਿੰਟ ਦੀ ਕਲਿੱਪ ਦੱਸਿਆ, ਇੰਨੀ ਕੁ ਫੁਰਤੀ ਸੀ ਕਿ ਉਹ ਜੇ ਸ਼ਾਮੀ ਲੁਧਿਆਣੇ ਸੀ ਤਾਂ ਉਸ ਤੋਂ ਅਗਲੇ ਦਿਨ ਸ਼ਾਮਾਂ ਨੂੰ ਪਤਾ ਲੱਗਦਾ ਸੀ ਕਿ ਉਹ ਤਾਂ ਲਾਹੌਰ ਚਲੇ ਗਏ। ਅੱਛਾ। ਨਾ ਸਾਈਕਲ 'ਤੇ ਉਹ ਕਹਿੰਦੇ ਸੀ 100-100 ਕਿਲੋਮੀਟਰ ਦਿਨ ਦਾ ਉਹ ਵਾਇਆ ਕੱਢ ਦਿੰਦੇ ਸੀ, ਕਿ ਸਿਰਫ ਆਪਣੇ ਉਹਨਾਂ ਦੇ ਅੰਦਰ ਇੰਨਾ ਜੋਸ਼ ਸੀ ਆਜ਼ਾਦੀ ਪ੍ਰਤੀ। ਬਿਲਕੁਲ। ਹੈ ਨਾ। ਦੁਨੀਆਂ ਨੂੰ ਆਪਣੇ ਨਾਲ ਸੁਚੇਤ ਕਰਨ ਵਾਸਤੇ, ਲੋਕਾਂ ਨੂੰ ਆਪਣੇ ਨਾਲ ਖੜਾ ਕਰਨ ਵਾਸਤੇ, ਆਜ਼ਾਦੀ ਵਾਸਤੇ ਖੜਾ ਕਰਨ ਵਾਸਤੇ ਜਜ਼ਬਾ ਸੀ। ਸੋ ਇਹਨਾਂ ਦੇ ਵਿੱਚ ਇੰਨਾ ਜੋਸ਼ ਵੀ 19 ਸਾਲ 'ਚੋਂ ਹੱਸ ਕੇ, ਹੈ ਨਾ, ਫਾਂਸੀ ਚੜ੍ਹ ਗਏ। ਇਹ ਗੱਲਾਂ ਹਾਰੀ ਸਾਰੀ ਦੇ ਵੱਸ ਦੀਆਂ ਗੱਲ ਨਹੀਂ, ਛੋਟੀ ਬਹੁਤ ਛੋਟੀ ਉਮਰ ਹੁੰਦੀ ਆ ਜੀ। ਇਹ ਛਬੀਲ ਦਾ ਮੋਟੋ ਕਿਤੇ ਨਾ ਕਿਤੇ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਕਿ ਤੁਸੀਂ ਸੰਗਤਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ? ਜੀ ਜੀ ਜੀ, ਕਿਉਂਕਿ
ਤੁਹਾਡੇ ਵੀ ਜਨਮ ਦਿਨ ਮਨਾਏ ਜਾਂਦੇ, ਮੇਰੇ ਵੀ, ਆਪਣੇ ਬੱਚਿਆਂ ਦੇ ਵੀ। ਬਿਲਕੁਲ ਬਿਲਕੁਲ, ਇਹ ਜੋ ਸਾਡੇ ਲਈ ਸ਼ਹੀਦ ਹੋ ਗਏ ਉਹਨਾਂ ਦੇ ਮਨਾਉਣੇ ਵੀ ਸਾਡੇ ਫਰਜ਼ ਨੇ। ਉਹ ਇਹ ਪੜ੍ਹ ਕੇ ਮੈਂ ਇਹ ਸਿੱਖਿਆ ਕਿ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਯਾਦ ਕਰੀਏ। ਸੋ ਇੱਥੋਂ ਦੀ ਹੁਣ ਆਪਾਂ ਕਿੰਨੀ ਸੰਗਤ ਲੰਘ ਰਹੀ ਹੈ ਉਹ ਦੇਖ ਰਹੇ ਹੋਣਗੇ, ਹਰ ਕਿਸੇ ਦੀ ਨਿਗਾਹ ਜਾਂਦੀ ਹੋਵੇ। ਕਰਤਾਰ ਸਿੰਘ ਸਰਾਭੀ ਦੇ ਪੋਸਟਰ ਲੱਗੇ ਹੋਏ ਨੇ, ਸ਼ਾਇਦ ਕੋਈ ਉਹਨਾਂ ਦੇ ਜੀਵਨ 'ਤੇ ਧਿਆਨ ਮਾਰੇ। ਉਹ ਇੱਕ ਮਾਰੂਗਾ, ਉਹ ਗਾਂ ਕਿੰਨਿਆਂ ਨੂੰ ਦੱਸੂਗਾ, ਹੈ ਨਾ? ਕਿਉਂਕਿ ਮੈਂ ਪੜ੍ਹੀ ਅਤੇ ਮੈਂ ਆਪਣੇ ਭਰਾਵਾਂ ਨਾਲ ਸਾਰਿਆਂ ਨਾਲ ਸਾਂਝੀ ਕੀਤੀ, ਉਹ ਮੇਰੇ ਨਾਲ ਖੜ ਗਿਆ ਵੀ ਹਾਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਸਾਡੇ ਬੱਚੇ ਇੱਥੇ ਫਿਰਦੇ ਨੇ, ਇਹਨਾਂ ਦਾ ਕਿਸੇ ਦਾ ਦਿਲ ਕਰੂਗਾ ਵੀ ਪੜ੍ਹੀਏ? ਕਿਹੋ ਜਿਹੀ ਸ਼ਖਸੀਅਤ ਸੀ ਜਿਨ੍ਹਾਂ ਦੇ ਇੱਥੋਂ ਤੱਕ ਪਹੁੰਚੇ ਹੋਏ ਨੇ, ਕੀ ਸ਼ਖਸੀਅਤ ਸੀ? ਇੱਥੋਂ ਤੱਕ ਆਪਾਂ ਸੀਮਤ ਨਹੀਂ, ਆਪਾਂ ਹੋਰ ਵੀ ਜਿੰਨੇ ਵੀ ਸ਼ਹੀਦ ਨੇ, ਜਿੰਨੇ ਕੁ ਆਪਾਂ ਯੋਗੇ ਹਾਂ, ਜਿੰਨੇ ਕੁ ਅਕਾਲ ਪੁਰਖ ਵਾਹਿਗੁਰੂ ਉਦਮ ਬਖਸ਼ੂਗਾ, ਆਪਾਂ ਹੋਰ ਸ਼ਹੀਦਾਂ ਦੇ ਵੀ, ਜਿੰਨੇ ਕੁ ਛੋਟੇ ਅਤੇ ਵੱਡੇ ਲੈਵਲ 'ਤੇ, ਆਪਾਂ ਹਰੇਕ ਦਾ ਸ਼ਹੀਦੀ ਦਿਨ ਉਹਨਾਂ ਦਾ ਜਨਮ ਦਿਨ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ। ਬਿਲਕੁਲ ਬਿਲਕੁਲ। ਸੋ ਹੋਰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ, ਕੀ ਸੁਨੇਹਾ ਦੇਣਾ ਚਾਹੋਗੇ? ਬਿਲਕੁਲ ਇਹੀ ਕਹੂੰਗਾ ਕਿ ਜਿੰਨੇ ਵੀ ਆਪਣਾ ਪੁਰਾਤਨ ਇਤਿਹਾਸ ਇੰਨਾ ਕੁ ਹੈ ਨਾ ਕਿ ਆਪਾਂ ਹਰ ਦਿਨ ਵੀ ਕੱਢੀਏ ਤਾਂ ਆਪਣੇ ਤੋਂ ਸ਼ਹੀਦ ਨਹੀਂ ਮੁੱਕਣੇ। ਬਿਲਕੁਲ, ਹੈ ਨਾ? ਆਪਾਂ ਗੱਲ ਕਰੀਏ, ਇੱਕ ਗੱਲ ਮੈਂ ਤੁਹਾਡੀ ਗੱਲ ਟੋਕਦਾ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਅੱਜ ਦੀ ਤਰੀਕ ਦੇ ਵਿੱਚ ਇਹ ਪਤਾ ਵੀ ਨਾ ਹੋਵੇ ਅੱਜ ਸ਼ਹੀਦ ਕਰਤਾਰ ਸਿੰਘ। ਤਾਂ ਇਹ ਨਾ ਕਹਿ ਸਕਦਾ ਕਿ ਜੇ ਉਹਨਾਂ ਦੀ ਸ਼ਹੀਦੀ ਦਿਹਾੜੀ ਤਾਂ ਹੋ ਸਕਦਾ 50% ਨੂੰ ਪਤਾ ਹੋਵੇ, ਇਹ 95% ਲੋਕਾਂ ਨੂੰ ਨਹੀਂ ਪਤਾ ਹੋ ਸਕਦਾ, ਚਾਹੇ ਉਹ ਯੰਗ ਏਜ ਦੇ ਨੇ, ਚਾਹੇ ਉਹ ਓਵਰ ਏਜ ਨੇ, ਕਿਸੇ ਨੂੰ ਨਹੀਂ ਪਤਾ ਕਿ ਅੱਜ ਉਹਨਾਂ ਦਾ ਜਨਮ ਦਿਨ ਹੈ, ਹੈ ਨਾ? ਅਤੇ ਉਹਨਾਂ ਦੀ ਮਾਤਾ ਦਾ ਨਾਮ ਕੀ ਹੈ, ਕਿਉਂਕਿ ਹਰ ਮਾਂ ਸ਼ਹੀਦ ਦੀ ਮਾਂ ਨਹੀਂ ਹੋਇਆ। ਬਿਲਕੁਲ ਬਿਲਕੁਲ, ਹੈ ਨਾ? ਸ਼ਹੀਦ ਨੂੰ ਪੈਦਾ ਕਰਨਾ ਹਾਰੀ ਸਾਰੀ ਮਾਂ ਦੀ ਵਾਦੀ ਗੱਲ ਨਹੀਂ, ਤਾਂ ਉਹ ਵੀ 19 ਸਾਲ ਦੀ ਉਮਰ 'ਚ, ਜਿਸ ਉਮਰ 'ਚ ਸਾਨੂੰ ਹੋਸ਼ ਹੀ ਨਹੀਂ ਹੁੰਦੀ, ਅੱਜ ਦੇ ਇਸ ਉਮਰ 'ਚ ਸਟਾਰ ਬਣਨ ਨੂੰ ਭੱਜੇ ਹੋਏ ਨੇ ਸਾਨੂੰ, ਹੈ ਨਾ? ਸਾਨੂੰ ਹੋਰ ਬਹੁਤ ਕੁਛ, ਬਿਲਕੁਲ ਇੰਨਾ ਕੁਛ ਦਿਸ ਰਿਹਾ, ਉਸ ਉਮਰ 'ਚ ਦੇਸ਼ ਲਈ ਮਰ ਜਾਣਾ, ਇਹ ਇੱਕ ਤਾਂ ਉਸ ਅਕਾਲ ਪੁਰਖ ਦੀ ਕਿਰਪਾ ਸੀ ਉੱਥੇ। ਬਿਰਲੀਆਂ ਰੂਹਾਂ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਸੋ ਬਹੁਤ ਵੱਡੀਆਂ ਗੱਲਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ, ਜਿਹੜੇ ਕਿ 19 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀ ਦੇ ਦਿੱਤੀ ਔਰ ਸਾਡੇ ਵਾਸਤੇ ਦਿੱਤੀ, ਜਿਹੜੇ ਅਸੀਂ ਇੱਥੇ ਅੱਜ ਸੁੱਖ ਦੀ ਸਾਹ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਸਰਕਾਰਾਂ ਜਿਹੜੀਆਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਸਾਨੂੰ ਮਾਰਨ ਦੀਆਂ, ਸਾਨੂੰ ਦੱਬਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆਜ਼ਾਦੀ ਨਾਂ ਸਾਡੇ ਨਾਲ ਜੁੜਿਆ ਵੀ ਦੇਸ਼ ਆਜ਼ਾਦ ਆ, ਉਹ ਕਿਤੇ ਨਾ ਕਿਤੇ ਇਸ ਉਹਨਾਂ ਦੇ ਇਸ ਅੰਦੋਲਨ ਕਰਕੇ, ਉਹਨਾਂ ਦੇ ਇਸ ਸ਼ਹੀਦੀਆਂ ਦੇਣ ਕਰਕੇ ਸਾਰਾ ਕੁਛ ਹੋਇਆ। ਸੋ ਜਿਹੜੇ ਦੋਸਤ, ਜਿਹੜੇ ਬੱਚੇ ਅੱਜ ਦੀ ਡੇਟ ਦੇ ਵਿੱਚ ਬਾਹਰਲੀਆਂ ਕੰਟਰੀਆਂ ਵੱਲੋਂ ਰੁੱਖ ਕੀਤਾ ਹੋਇਆ, ਹਾਲਾਂਕਿ ਮਜਬੂਰੀਆਂ ਨੇ ਉਹਨਾਂ ਦੀਆਂ ਵੀ, ਪਰ ਕਿਤੇ ਨਾ ਕਿਤੇ ਉਹਨਾਂ ਸ਼ਹੀਦਾਂ ਵੱਲ ਆਪਾਂ ਜ਼ਰੂਰ ਦੇਖੀਏ ਜਿਨ੍ਹਾਂ ਨੇ ਉਹ ਐਡੜੀਆਂ ਕੰਟਰੀਆਂ ਨੂੰ ਲੱਤ ਮਾਰ ਕੇ ਅੱਜ ਇੱਥੇ ਆ ਕੇ ਇਸ ਧਰਤੀ ਲਈ ਸ਼ਹੀਦੀਆਂ ਦਿੱਤੀਆਂ। ਸੋ ਬਹੁਤ ਵੱਡੀਆਂ ਗੱਲਾਂ ਨੇ, ਬਹੁਤ ਬਹੁਤ ਧੰਨਵਾਦ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਮਨੀ ਕਲਾਰ ਦੇ ਅਫੀਸ਼ੀਅਲ ਫੇਸਬੁੱਕ ਪੇਜ 'ਤੇ, ਯੂਟਿਊਬ ਚੈਨਲ 'ਤੇ, ਪੰਜਾਬ ਔਨਲਾਈਨ ਚੈਨਲ 'ਤੇ, ਅਤੇ ਆਪਾਂ ਅਗਲੀਆਂ ਅਪਡੇਟ ਦਿੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।